ਅਜਨਾਲਾ ਦੇ ਕਸਬਾ ਰਾਜਾ ਸਾਂਸੀ 'ਚ ਬੀਤੇ ਦਿਨ ਹੋਏ ਓਨਰ ਕਿਲਿੰਗ ਦੇ ਮਾਮਲੇ 'ਚ ਥਾਣਾ ਰਾਜਾ ਸਾਂਸੀ ਦੀ ਪੁਲਿਸ ਦੁਆਰਾ ਚਾਰ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਮੁੱਖ ਦੋਸ਼ੀ ਕੁਲਬੀਰ ਸਿੰਘ ਅਤੇ ਉਸਦੀ ਪਤਨੀ ਨੂੰ ਰਾਜਾ ਸਾਂਸੀ ਪੁਲਿਸ ਨੇ ਫੜ ਕੇ ਅਦਾਲਤ 'ਚ ਪੇਸ਼ ਕਰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਸੀ, ਪਰ ਦੋ ਆਰੋਪੀ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਬਾਕੀ ਦੋਨਾਂ ਆਰੋਪੀਆਂ ਨੂੰ ਗ੍ਰਿਫਤਾਰੀ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰ ਵਾਲੇ ਦੁਆਰਾ ਅੱਜ ਰਾਜਾ ਸਾਂਸੀ ਏਅਰਪੋਰਟ ਰੋਡ ਜਾਮ ਕਰਕੇ ਪੁਲਿਸ ਪ੍ਰਸ਼ਾਸਨ ਦੇ ਵਿਰੁੱਧ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧ 'ਚ ਮ੍ਰਿਤਕ ਆਕਾਸ਼ ਦੀ ਮਾਂ ਅਤੇ ਮਾਮਾ ਨੇ ਪੁਲਿਸ ਦੀ ਕਾਰਜਕਾਰੀ ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਪੁਲਿਸ ਦੁਆਰਾ ਪੈਸੇ ਲੈ ਕੇ ਮਾਮਲੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਦੋ ਆਰੋਪੀਆਂ ਨੂੰ ਪੁਲਿਸ ਫੜ ਨਹੀਂ ਰਹੀ। ਦੂਜੇ ਪਾਸੇ ਇਸੇ ਸਬੰਧ 'ਚ ਪੁਲਿਸ ਥਾਣਾ ਰਾਜਾ ਸਾਂਸੀ ਦੇ ਪ੍ਰਭਾਰੀ ਮਨਮੀਤ ਸਿੰਘ ਨੇ ਦੱਸਿਆ ਕਿ ਦੋ ਆਰੋਪੀਆਂ ਦੀ ਛਾਪੇਮਾਰ ਕੀਤੀ ਜਾ ਰਹੀ ਹੈ ਅਤੇ ਮੈਂ ਉਹਨੇ ਅਹੁਦਾ ਸੰਭਾਲਿਆ ਹੈ ਅਤੇ ਜਲਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। 13 ਤਰੀਕ ਨੂੰ ਆਕਾਸ਼ਦੀਪ ਦਾ ਕਤਲ ਹੋਇਆ, ਜਿਸ ਦਿਨ ਇਸਦਾ ਜਨਮ ਦਿਨ ਹੀ ਉਸੇ ਦਿਨ ਹੀ ਇਸ ਬੱਚੇ ਦਾ ਮਰਨ ਦਿਨ ਹੀ, ਉਸੇ ਟਾਈਮ ਅਸੀਂ ਇਹਨਾਂ ਨੂੰ ਗ੍ਰਿਫਤਾਰੀ ਵਿੱਚ 3 ਮੁਜਰਮ ਫੜਾਏ ਜਿਨ੍ਹਾਂ ਨੇ ਕਤਲ ਕੀਤਾ ਆਕਾਸ਼ਦੀਪ ਦਾ, ਅਤੇ ਇਹਨਾਂ ਖਹਿਰਾ ਸਾਹਿਬ ਨੇ ਰਿਸ਼ਵਤ ਲੈ ਕੇ ਉਹਨਾਂ ਨੂੰ ਛੱਡ ਦਿੱਤਾ। ਹੁਣ ਸਾਨੂੰ ਨਹੀਂ ਪਤਾ ਰਿਸ਼ਵਤ ਲਈ ਹੈ ਕੀ ਆ, ਪਰ ਖਹਿਰਾ SHO ਖਹਿਰਾ ਨੇ ਇਹਨਾਂ ਨੂੰ ਛੱਡਤਾ, ਪਰ ਉਹਨਾਂ ਨੇ ਕਿਸ ਮੁੱਦੇ 'ਤੇ ਇਹਨਾਂ ਨੂੰ ਛੱਡਿਆ? ਸਾਨੂੰ ਇਹਨਾਂ ਦੇ 4 ਮੁਜਰਮ ਚਾਹੀਦੇ ਨੇ, ਨਾਲੇ SHO ਖਹਿਰਾ ਚਾਹੀਦਾ ਹੈ। SHO ਖਹਿਰਾ ਨੇ ਫੜਿਆ ਸੀ, ਅਸੀਂ ਆਪਣੀ ਮੌਜੂਦਗੀ ਵਿੱਚ SHO ਖਹਿਰਾ ਸਾਹਿਬ ਨੂੰ ਇਹ ਬੱਚੇ ਫੜਾਏ ਆ, ਮੁਜਰਮ ਇਹਦੇ ਫੜਾਏ ਆ। ਇੱਕ ਲੜਕੀ ਦੀ ਮਾਂ ਫੜੀ ਸੀ, ਇੱਕ ਦੋ ਮਾਮੇ ਫੜੇ ਸੀ, ਸਾਡੇ ਸਾਹਮਣੇ ਹਵਾਲਾ 'ਚ ਬੰਦ ਕੀਤਾ ਇਹਨਾਂ, ਅਤੇ ਮੁੜ ਕੇ ਇਹਨਾਂ ਰਿਸ਼ਵਤ ਲੈ ਕੇ ਛੱਡਤਾ ਹੈ, ਕਿਉਂਕਿ ਜਿੰਨਾ ਤੱਕ ਸਾਨੂੰ ਪਤਾ ਨਹੀਂ ਆ, ਜੋ ਮੁਜਰਮ ਇਹਨਾਂ ਛੱਡੇ ਨੇ ਉਹ ਮੂੰਹ ਦੇ ਹੱਥ ਫੇਰ ਕੇ ਕਹਿੰਦੇ ਸੀ 5 ਲੱਖ ਦੇ ਕੇ ਛੁੱਟ ਗਏ ਹਾਂ, ਸਾਡਾ ਘੰਟਾ ਪੁੱਟ ਲਓ। ਡੈਡ ਰਹੀ ਹੁਣ ਕਿਹਨੂੰ ਮੂੰਹ ਵਿਖਾਈਏ, ਕਿਹਦਾ ਦਰਵਾਜ਼ਾ ਖੜਕੜਾਈਏ ਜਾ ਕੇ? ਅੱਜ ਤੁਸੀਂ ਜਿਹੜਾ ਜਾਮ ਲਾਇਆ ਇਹਦੇ ਬਾਰੇ ਪਹਿਲਾਂ ਪੁਲਿਸ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਦਿੱਤੀ? ਇਸ ਕਰਕੇ ਜਾਮ ਲਾਇਆ ਅਸੀਂ ਕਿ ਸਾਨੂੰ ਇਨਸਾਫ਼ ਮਿਲਣਾ ਚਾਹੀਦਾ। ਬੰਦੇ ਅੱਜ ਵੀ ਬਾਹਰ ਘੁੰਮਣ ਡਏ ਆ, ਉਹ ਅੱਜ ਵੀ ਚਟਕਲੀਆਂ ਮਾਰਦੇ ਆ, ਧਮਕੀਆਂ ਦਿੰਦੇ ਬਾਕੀ ਦੋ ਬੱਚਿਆਂ ਨੂੰ ਵੀ ਜੇ ਉਹਨਾਂ ਨੇ ਸਾਡਾ ਕੁਛ ਨਹੀਂ ਕਰ ਲਿਆ ਤਾਂ ਤੁਹਾਨੂੰ ਵੀ ਮਾਰ ਦੇਣਾ। ਅਸੀਂ ਕਿੰਨੇ ਦਿਨ ਤੱਕ ਉਹਨਾਂ ਦੀ ਰੱਖਿਆ ਕਰਾਂਗੇ, ਕਿੰਨੇ ਦਿਨ ਉਹਨਾਂ ਦੇ ਨਾਲ ਘੁੰਮਾਂਗੇ? ਸਾਡੇ ਛੋਟੇ ਛੋਟੇ ਬੱਚੇ ਆ, ਸਾਨੂੰ ਇਨਸਾਫ਼ ਚਾਹੀਦਾ ਹੈ। ਅਸੀਂ ਪੁਲਿਸ ਪ੍ਰਸ਼ਾਸਨ ਤੋਂ ਚਾਹੁੰਦੇ ਹਾਂ ਵੀ ਸਾਡੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ, ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ, ਨਹੀਂ ਤਾਂ ਅਸੀਂ ਇਸ ਤਰ੍ਹਾਂ ਹੀ ਕਹਾਂਗੇ ਵੀ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਹੈ, ਮੁਰਦਾਬਾਦ ਰਹੇਗਾ। ਪੁਲਿਸ ਰਿਸ਼ਵਤ ਲੈਣੀ ਸਟਾਰਟ ਕਰ ਦਿੰਦੀ ਹੈ, ਕਿਸੇ ਦੀ ਹੈਲਪ ਨਹੀਂ ਕਰਦੀ, ਜਿੰਨੇ ਟੈਰਰਿਸਟ ਪੈਦਾ ਕਰਦੀ ਸਿਰਫ ਪੁਲਿਸ ਕਰਦੀ ਆ, ਕਿਉਂਕਿ ਇਹ ਬੱਚਿਆਂ ਨੂੰ ਇਨਸਾਫ਼ ਨਹੀਂ ਦਿੰਦੀ। ਜੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਇਨਸਾਫ਼ ਮਿਲ ਜਾਏ ਤਾਂ ਕੋਈ ਵੀ ਗਲਤ ਕਦਮ ਨਹੀਂ ਚੁੱਕੇਗਾ। ਦੁਨੀਆਂ ਖਾਈ ਜਾਊਗੀ ਤੇ ਧੀਆਂ ਪੁੱਤ ਮਰਦੇ ਜਾਣਗੇ, ਇਹ ਦੁਨੀਆਂ ਇਨਸਾਫ਼ ਨਹੀਂ ਕੋਈ ਵੀ ਆਊਗਾ। ਸਾਨੂੰ ਇਹ ਇਨਸਾਫ਼ ਦਵਾਵੇ ਪੁਲਿਸ, ਸਾਨੂੰ ਤੱਕਰ ਮੈਂ ਨਹੀਂ ਜਾ। ਜੇ ਇਸ ਮਾਂ ਦੀ ਲਵਪ੍ਰੀਤ ਸਿੰਘ ਦੋ ਜਣੇ ਮੁਜਰਮ ਪਕੌੜੇ ਆ ਤੇ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਤੇ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ। ਕੀ ਸੀ ਮਸਲਾ ਜੀ, ਸਾਡਾ ਧਰਨਾ ਲੱਗਾ ਇਸ ਸੰਬੰਧ 'ਚ? ਕੀ ਕਰਨਾ ਆਪਣਾ 11-12 ਨੂੰ ਪਰਚਾ ਦਰਜ ਹੋਇਆ ਰਾਜਸਥਾਨੀ ਥਾਣੇ 302 ਦਾ, ਉਹਦੇ ਵਿੱਚ ਦੋ ਬੰਦੇ ਅਰੈਸਟ ਆ ਤੇ ਦੋ ਪਕੌੜੇ ਆ, ਉਸ ਸੰਬੰਧ 'ਚ ਇਹਨਾਂ ਅਰੈਸਟ ਕਰਨ ਬਾਰੇ ਆ, ਰੇਡ ਕਰ ਰਹੀ ਪੁਲਿਸ ਪਾਰਟੀ। ਮੈਂ ਤਾਂ ਹੁਣ ਵੀ ਕਹਿ ਰਿਹਾ ਹੁਣੇ ਰੇਡ ਤਿਆਰ ਹੈ ਸਾਡੀ ਪਾਰਟੀ, ਉਹ ਰੇਡ ਅਰੈਸਟ ਕਰਨ ਸੰਬੰਧੀ ਆ, ਪੁਲਿਸ ਅਸੀਂ ਅਰੈਸਟ ਕਰਾਂਗੇ ਤੇ ਬੰਦ ਕਰ ਵੀ ਕਰਾਂਗੇ ਜਿਹੜੇ ਬੰਦੇ ਤੇ ਜਿਸ ਬਾਰੇ ਐਲੀਗੇਸ਼ਨ ਲਾ ਰਹੇ ਆ ਉਹਦੇ ਸੰਬੰਧੀ DSP ਸਾਹਿਬ ਇਨਕੁਆਇਰੀ ਕਰ ਰਹੇ ਆ। ਬੰਦੇ ਫੜਾਂਗੇ ਜੇ ਉਹਨਾਂ ਪੈਸੇ ਦਿੱਤੇ ਛੱਡੇ ਆ, ਉਹਦੇ ਬਾਅਦ ਜੋ ਮੈਟਰ ਸਾਹਮਣੇ ਉਹ ਬਾਂਦੀ ਕਾਰਵਾਈ ਹੋਊਗੀ। ਮੇਰੇ ਵੱਲੋਂ ਚਾਰਜ ਪਰਸੋਂ ਲਿੱਤਾ ਗਿਆ ਥਾਣੇ ਦਾ, ਜੋ ਬਾਂਦੀ ਕਾਰਵਾਈ ਕਾਨੂੰਨ ਮੁਤਾਬਕ ਹੋਊਗੀ ਮੈਂ ਕਰੂੰਗਾ। ਬੁਲਾਂਡ ਨਿਊਜ਼ ਲਈ ਅਜਨਾਲਾ ਤੋਂ ਜਗਜੀਤ ਸਿੰਘ ਦੀ